ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਡ ਸਟੇਡੀਅਮ ਹੰਸਾਲੀ ਖੇੜਾ ਵਿਖੇ ਲਾਏ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਤੇ ਪ੍ਰਦਰਸ਼ਨੀਆਂ ਵਿੱਚ ਪੁੱਜੇ ਤੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਿਨ ਰਾਤ ਇੱਕ ਕਰਕੇ ਖੇਤੀਬਾੜੀ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਕੋਈ ਮਾੜੀ ਦਵਾਈ ਜਾਂ ਬੀਜ ਵੇਚਦਾ ਹੈ ਤਾਂ ਉਸਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਕਿਸਾਨ ਦਾ ਸਾਥ ਸਰਕਾਰ ਕਦੇ ਨਹੀਂ ਛੱਡੇਗੀ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਅੱਜ ਇਸ ਮੇਲੇ ਵਿੱਚ ਕਿਸਾਨਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਤੇ ਕਿਸਾਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ। ਇਸ ਦੇ ਨਾਲ ਨਾਲ ਇੱਥੇ ਲਾਏ ਗਏ ਵੱਖ ਵੱਖ ਸਟਾਲ ਵੀ ਸਹਾਇਕ ਧੰਦੇ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗਗਨਦੀਪ ਸਿੰਘ ਅਨੰਦਪੁਰੀ ਦੀ ਖਾਸ ਰਿਪੋਰਟ। ਸਾਡੇ ਕਿੱਤੇ ਨਾਲ ਜੁੜਿਆ ਇਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹੜਾ 14-15 ਤੋਂ ਸ਼ੁਰੂ ਕਰਕੇ ਜ਼ਿਲ੍ਹੇਵਾਰ ਸਾਰਿਆਂ 'ਚ ਔਰ ਕੁਛ ਉਹਨਾਂ 'ਚ ਸੱਤ ਵੱਡੇ ਮੇਲੇ ਲੱਗਦੇ ਫਿਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਫਤਿਹਗੜ੍ਹ ਸਾਹਿਬ ਸਰਦਾਰ ਸਾਡੇ ਐੱਮ ਐੱਲ ਏ ਲਖਬੀਰ ਸਿੰਘ ਜੀ ਰਾਏ ਸਾਹਿਬ ਔਰ ਐੱਮ ਐੱਲ ਏ ਨਰਿੰਦਰ ਸਿੰਘ ਜੀ ਅਸੀਂ ਪਠਾਣਾ ਵਾਲੇ ਨਾਲ ਹੀ ਸਾਡਾ ਸਾਰਾ ਖੇਤੀਬਾੜੀ ਮਹਿਕਮਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰੇ ਕਿਸਾਨ ਭਰਾ ਜਿਹੜੇ ਪਿੰਡ ਵਿੱਚ ਆਏ ਆ ਜੀ ਆਇਆ ਅਤੇ ਸਾਡੇ ਕਿੱਤੇ ਨਾਲ ਜੁੜਿਆ ਹੋਇਆ ਮੇਲਾ ਅਸੀਂ ਇਹਦੇ 'ਚੋਂ ਸਭ ਕੁਛ ਜਿਹੜਾ ਪੰਜਾਬ ਹੈ ਪੰਜਾਬ ਨਹੀਂ ਸਾਰੀ ਦੁਨੀਆ ਜਿਹੜਾ ਰਿਜ਼ਕ ਖਾਂਦੀ ਹੈ ਉਹ ਧਰਤੀ ਵਿੱਚ ਪੈਦਾ ਹੁੰਦਾ ਉਹਨੂੰ ਕਿਸਾਨ ਪੈਦਾ ਕਰਦਾ ਉਸ ਲਈ ਕਈ ਨਵੀਆਂ ਟੈਕਨੀਕਾਂ ਨਵੀਆਂ ਖੋਜਾਂ ਵੀ ਆਉਂਦੀਆਂ ਉਹਨਾਂ ਨੂੰ ਵੇਖਣ ਦਾ ਸਮਾਂ ਮਿਲਦਾ ਬਹੁਤ ਸਾਰੇ ਗਿਆਨ ਵੀ ਪ੍ਰਾਪਤ ਹੁੰਦਾ ਉਹਨੂੰ ਜਾ ਕੇ ਜ਼ਿੰਮੇਦਾਰ ਹੁੰਦੇ ਆ ਤਾਂ ਦੇਸ਼ ਵਿੱਚ ਬਹੁਤ ਵੱਡਾ ਹਿੱਸਾ ਪੰਜਾਬ ਫਸਲਾਂ ਦਾ ਮੰਤਰੀ ਸਾਹਿਬ ਗੱਲ ਕਰੀਏ ਤੁਸੀਂ ਪਾਣੀ ਬਚਾਉਣ ਦੀ ਗੱਲ ਕੀਤੀ ਸੀ ਪਰ ਦੂਜੇ ਪਾਸੇ ਅਕਾਲੀ ਦਲ ਦਾ ਐਲੀਗੇਸ਼ਨ ਹੈ ਵੀ ਜਿਹੜਾ ਐਸ ਵਾਈ ਐਲ ਰਾਹੀਂ ਪਾਣੀ ਹਰਿਆਣੇ ਨੂੰ ਦੇਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਮੌਜੂਦਾ ਸਰਕਾਰ ਉਹਨਾਂ ਤੋਂ ਇਲਜ਼ਾਮਾਂ ਤੋਂ ਬਿਨਾਂ ਕੋਈ ਅਕਾਲੀ ਦਲ ਕਿਸੇ ਕਿਹੜੇ ਮੂੰਹ ਨਾਲ ਕਹਿ ਰਿਹਾ ਸੀ ਲਾ ਕੇ ਮੋਰਚੇ ਭਜਦੇ ਰਹੇ ਜੇ ਸਿਹ ਲਾਲੇ 'ਤੇ ਗੱਲ ਲੱਗ ਜਾਣੀ ਪਰ ਕੋਈ ਵੀ ਐਫੀਡੈਵਿਟ ਪੰਜਾਬ ਗੌਰਮੈਂਟ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਨੇ ਜਾਂ ਆਮ ਆਦਮੀ ਪਾਰਟੀ ਦੀ ਨੇ ਇਹੋ ਜਿਹਾ ਨਹੀਂ ਦਿੱਤਾ ਜਿਹੜੇ ਨਾਲ ਪੰਜਾਬ ਦਾ ਨੁਕਸਾਨ ਆਪਣੇ ਮਨੋਂ ਗੱਲਾਂ ਬਣਾਈਆਂ ਗਈਆਂ ਪੰਜਾਬ ਕੋਲ ਪਾਣੀ ਦੇਣ ਨੂੰ ਪੈਣੀ ਕਿਸੇ ਨੂੰ ਨਹਿਰਾਂ ਬਣਾਉਣ ਦੀ ਤਾਂ ਲੋੜ ਹੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸਾਡੇ ਸੀਰ ਦਾ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਮਨਿਸਟਰ ਐਮ ਐਲ ਏ ਲੋਕਾਂ ਕੋਲ ਔਰ ਮੈਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਹੀ ਸਾਡੇ ਮਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਜਿਹੜਾ ਡਿਸਟ੍ਰਿਕਟ ਲੈਵਲ ਦਾ ਕਿਸਾਨ ਮੇਲਾ ਲੱਗਦਾ ਹੈ ਉਹਨਾਂ ਨੂੰ ਆਪਾਂ ਪਿੰਡਾਂ 'ਚ ਲੈ ਕੇ ਜਾਈਏ ਔਰ ਮੈਨੂੰ ਖੁਸ਼ੀ ਹੈ ਕਿ ਅਜੇ ਕਿਸਾਨ ਮੇਲਾ ਹੰਸਾਲੀ ਸਾਹਿਬ ਖੇੜਾ ਵਿਖੇ ਹੋ ਗਿਆ ਔਰ ਉੱਥੇ ਬਹੁਤ ਵੱਡੀ ਤਾਦਾਦ ਵਿੱਚ ਕਿਸਾਨ ਆਪ ਮੁਹਾਰਿਆ ਆ ਅਤੇ ਅਸੀਂ ਬੱਸਾਂ ਦਾ ਪ੍ਰਬੰਧ ਕਰ ਦਿੰਦੇ ਸੀ ਔਰ ਕਿਸਾਨਾਂ ਨੇ ਆ ਕੇ ਜਿਹੜੇ ਵਿਗਿਆਨਿਕ ਸੀ ਉਹਨਾਂ ਨਾਲ ਡਿਬੇਟ ਕੀਤੀ ਉਹਨਾਂ ਨਾਲ ਗੱਲਬਾਤ ਕੀਤੀ ਔਰ ਮੈਂ ਸੁਣਦਾ ਉਹਨੂੰ ਬੜਾ ਲਾਹੇਵੰਦ ਜਾਣਕਾਰੀ ਮਿਲੀ ਹੋਊਗੀ ਔਰ ਅਸੀਂ ਇਹ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਅਫਸਰ ਨੇ ਉਹਨਾਂ ਨੂੰ ਲੋਕਾਂ 'ਚ ਲੈ ਕੇ ਜਾਣਾ ਔਰ ਖਾਸ ਕਰ ਖੇਤੀਬਾੜੀ ਦਾ ਬਹੁਤ ਜ਼ਰੂਰਤ ਅੱਜ ਮਾਡਰਨ ਖੇਤੀ ਕਰਦੇ ਜਿਹਦੇ ਨਾਲ ਸਾਡਾ ਜਿਹੜਾ ਖੇਤੀ ਧੰਦਾ ਉਹ ਬਚਿਆ ਕਿਸਾਨ ਮੇਲਾ ਜਿਹੜਾ ਕਿਸਾਨਾਂ ਦੇ ਨਾਲ ਸੰਬੰਧਿਤ ਫਸਲਾਂ ਦੇ ਨਾਲ ਰਿਲੇਟਡ ਗੱਲਾਂ ਹੋਈਆਂ ਕਿਸਾਨਾਂ ਨੂੰ ਆ ਰਿਹਾ ਦਿੱਤੇ ਸੁਰੱਖਿਆ ਬਾਰੇ ਗੱਲਬਾਤ ਹੋਈ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜਿਹੜਾ ਨਿਰਦੇਸ਼ਾਂ ਮੁਤਾਬਕ ਹੈ ਸਾਡੇ ਕੈਬਨਿਟ ਮੰਤਰੀ ਸਰਕਾਰਯੋਗ ਗੁਰਮੀਤ ਖੁੱਡੀਆਂ ਜੀ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਲੋਕਾਂ ਦਾ ਵਿਚਾਰ ਜਿਹੜੇ ਬੜੀ ਬੜੀ ਲੋਕਾਂ ਨੇ ਸ਼ਰਮੇ ਦੇ ਨਾਲ ਦੇ ਨਾਲ ਤੇ ਬੜੇ ਸੰਜਮ ਦੇ ਨਾਲ ਬੈਠ ਕੇ ਸੁਣਿਆ ਤੇ ਬਹੁਤ ਵਧੀਆ ਉਹਨਾਂ ਨੇ ਆਪਣੇ ਵਿਚਾਰ ਗਏ ਕਿ ਫਿਰ ਜਿਵੇਂ ਆਮ ਗੱਲ ਕਰਦਾ ਆਮ ਭਾਸ਼ਾ ਵਿੱਚ ਲੋਕਾਂ ਦੀ ਗੱਲ ਕਰਦੇ ਇਹ ਮੇਲੇ ਨੇ ਸਾਡੇ ਬਹੁਤ ਮਾਨ ਸਾਹਿਬ ਹਮੇਸ਼ਾ ਇਸ ਗੱਲ ਦੇ ਲਈ ਸਿਰ ਤੇ ਵਚਨਬੱਧ ਨੇ ਕਿ ਕਿਸਾਨੀ ਨੂੰ ਦੇਣਾ ਬਹੁਤ ਬਹੁਤ ਧੰਨਵਾਦ।